ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ, ਇਹ ਦੇਖ ਲਓ। ਦੂਸਰਾ ਹੈਗਾ ਆ, ਇਹ ਫੌਜੀਆਂ ਦੀ ਟੈਕਨੀਕ ਮੁਤਾਬਕ ਇਹ ਸਾਡੇ 'ਤੇ ਵਰਤਿਆ ਨਹੀਂ ਜਾ ਰਿਹਾ। ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ। ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ 'ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ, ਇੰਨਾ ਜ਼ਬਰ ਢਾਇਆ ਜਾ ਰਿਹਾ। ਇਹ ਤੋਂ ਕਹਾਂ ਆਹ ਰਬੜ ਵਾਲੀ ਗੋਲੀ ਜਿਹੜੀ ਆ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ, ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ। ਇੱਕ ਤਾਂ ਇਹ ਵੀ ਹੈਗੇ ਆ ਆਹ SLR ਦੇ ਖੋਲ ਆ ਜਿਹੜੇ ਚੱਲੇ ਹੋਏ ਆ। ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ। ਜਿਹੜਾ ਦਿੱਲੀ ਦਾ ਅੰਦੋਲਨ ਆ, SKM ਗੈਰ ਰਾਜਨੀਤਿਕ ਅਤੇ KMM ਕਿਸਾਨ ਮਜ਼ਦੂਰ ਮੋਰਚੇ ਦਾ ਸਾਂਝਾ ਅੰਦੋਲਨ ਆ। ਔਰ ਦੇਖੋ ਜਿਹੜੇ ਕੱਲ੍ਹ ਘਟਨਾਕ੍ਰਮ ਹੋਇਆ ਤੁਹਾਡੇ ਸਾਹਮਣੇ ਆ। ਅੱਜ ਅਸੀਂ ਕਿਉਂਕਿ ਡਲੇਵਾਲ ਸਾਹਿਬ ਸਵੇਰੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਪਤਾ ਲੈਣ ਚਲੇ ਗਏ, ਇਸ ਕਰਕੇ ਉਹ ਲੇਟ ਆ ਸਕੇ ਨੇ, ਅਤੇ ਨਵੀਂ ਜਿਹੜੀ ਅਸੀਂ ਕੋਈ ਗੱਲ ਕਰ ਪਾਉਣੀ ਸੀ ਉਹ ਤਾਂ ਸੰਭਵ ਨਹੀਂ ਹੈਗੀ। ਉਹਨਾਂ ਦੇ ਆਇਆਂ ਉਹ ਆਪਣੇ ਫੋਰਮ ਨਾਲ ਗੱਲ ਕਰ ਰਹੇ, ਅਸੀਂ ਗੱਲ ਕਰ ਲਈ ਆ, ਆਪਾਂ ਦੋਹਰੇ ਤੁਹਾਨੂੰ ਕਾਲ ਕਰ ਲਾਂਗੇ, ਠੀਕ ਹੈ ਜੀ, ਉਹਦੇ ਵਿੱਚ ਸਾਰੀ ਕਲੀਅਰ ਕਰਾਂਗੇ। ਪਰ ਜਿਹੜੀ ਜਾਣਕਾਰੀ ਮੈਨੂੰ ਉਹਨਾਂ ਨੇ ਮੁਹੱਈਆ ਕਰਾਈ, ਇੱਕ ਤਾਂ ਜਿਹੜੇ ਜ਼ਖਮੀ ਆ ਜਿਹੜੇ ਇੱਥੇ ਪਟਿਆਲੇ ਦੇ ਵਿੱਚ MLR ਉਹਨਾਂ ਦੀ ਕੱਟੀ ਉਹ 60 ਨੇ, ਉਵੇਂ ਇਹਦੇ ਨਾਲੋਂ ਜ਼ਿਆਦਾ ਬੰਦੇ ਹਸਪਤਾਲਾਂ 'ਚ ਦਾਖਲ ਹੀ ਨਹੀਂ ਹੋਏ ਹੈਗੇ ਜਿਨ੍ਹਾਂ ਦੇ ਸੱਟਾਂ ਹੈਗੀਆਂ ਵਾ। ਉਹਨਾਂ ਨੂੰ ਕਿਹਾ ਵੀ ਸਰਕਾਰੀ ਕਰਾਓ, ਜ਼ਿਆਦਾ ਨੇ ਜ਼ਖਮੀ ਛੋਟੀਆਂ ਮੋਟੀਆਂ ਸੱਟਾਂ ਵਾਲੇ। 30 ਜਿਹੜਾ ਖਨੌਰੀ ਬਾਰਡਰ ਆ ਉਹਦੇ 'ਤੇ 30 ਬੰਦਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨੇ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ। ਔਰ ਇੱਥੇ ਤਾਂ ਪੁਲਿਸ ਨੇ ਅੱਗੇ ਆ ਕੇ ਲਾਠੀਚਾਰਜ ਨਹੀਂ ਕੀਤਾ, ਉੱਥੇ ਅੱਗੇ ਆ ਕੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਵਾ, ਤਾਂ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੈਗੀਆਂ। BKU ਕ੍ਰਾਂਤੀਕਾਰੀ ਦਾ ਸਿੰਘ ਆ ਜਿਹਦੀ ਲੱਤ ਟੁੱਟੀ ਹੈਗੀ ਆ। ਸਾਡੇ ਵੀ ਗੰਭੀਰ ਬੰਦੇ ਆ ਜਿਹੜੇ ਹਸਪਤਾਲ 'ਚ ਪਏ ਹੋਏ ਆ, ਠੀਕ ਆ, ਇੱਕ ਨੂੰ ਪਲਸਤਰ ਲੱਗਾ ਵਾ, ਇੱਕ ਦਾ ਪਰੇਟ ਹੋਇਆ ਹੈਗਾ, ਬਲਦੇਵ ਸਿੰਘ ਜੀ ਬੱਗਾ ਨੇ ਮੇਰੇ ਖਿਆਲ ਪਰੇਟ ਹੋਇਆ, ਅਤੇ ਮਸਾਣੀਆਂ ਸਾਹਿਬ ਨੇ ਜਿਹੜੀ ਲੱਤ ਨੂੰ ਪਲਸਤਰ ਲੱਗਾ ਹੋਇਆ। ਅਤੇ ਹੌਲੀ ਹੌਲੀ ਅਸੀਂ ਹੁਣ ਸਾਰੇ ਨਾਮ ਵੀ ਲੱਭ ਰਹੇ ਹਾਂ, ਸਾਰਾ ਤਲਾਸ਼ ਰਹੇ ਹਾਂ ਵੀ ਕਿੱਡੇ ਕਿੱਦਾਂ ਜ਼ਖਮੀ ਹੋਏ ਨੇ, ਕੀ ਕੁਲ ਹੋਇਆ। ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ ਵੀ ਦੇਖੋ ਜਿਹੜੀਆਂ ਬੁਲਟਸ ਵਰਤੀਆਂ ਗਈਆਂ ਨੇ, ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ, ਇਹ ਦੇਖ ਲਓ। ਦੂਸਰਾ ਹੈਗਾ ਆ, ਇਹ ਫੌਜੀਆਂ ਦੀ ਟੈਕਨੀਕ ਮੁਤਾਬਕ ਇਹ ਸਾਡੇ 'ਤੇ ਵਰਤਿਆ ਨਹੀਂ ਜਾ ਸਕਦਾ, ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ। ਔਰ ਤੁਹਾਡੇ ਮੀਡੀਆ 'ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ ਨਹੀਂ ਹੈ, ਅਗਲੇ ਬੰਨੇ ਅਰਧ ਸੈਨਿਕ ਫੋਰਸ ਨੇ, BSF ਅਤੇ RPF ਆ, ਉਹਨਾਂ ਨੇ ਮੋਰਚਾ ਸਾਂਭਿਆ। ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ 'ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ, ਇੰਨਾ ਜ਼ਬਰ ਢਾਇਆ ਜਾ ਰਿਹਾ। ਔਰ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀਆਂ ਵਰਤੀਆਂ ਨੇ, ਇਹ ਤੋਂ ਕਹਾਂ ਆਹ ਰਬੜ ਵਾਲੀ ਗੋਲੀ ਜਿਹੜੀ ਆ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ, ਇਹ ਤੋਂ ਕਹਾਂ ਆਹ ਰਬੜ ਦੀਆਂ ਗੋਲੀਆਂ ਵਾ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ। ਇੱਕ ਤਾਂ ਇਹ ਵੀ ਹੈਗੇ ਆ, ਔਰ ਇਹ ਤੋਂ ਕਹਾਂ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ, ਉਹਦੇ ਵਾਂਗ ਜਿਹੜੇ SLR ਦੇ ਫੈਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ, ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ। ਜਿਹੜੀ SLR ਆ, ਠੀਕ ਆ ਜੀ, ਉਹ ਵੀ ਕਿੱਥੇ ਨਿਕਲ ਗਏ, ਮੈਂ ਪਾਏ ਥੱਲੇ ਸੁੱਟ ਲਏ, ਠੀਕ ਆ, ਮੈਂ ਉਦੋਂ ਵੀ ਦਿਖਾਏ ਆ ਉਹ SR ਪੈ ਗਏ ਬਈ।
ਆਹ SLR ਦੇ ਖੋਲ ਆ ਜਿਹੜੇ ਚੱਲੇ ਹੋਏ ਆ, ਜਿਹੜੇ ਸਾਡੇ ਤੇ ਵਰਤੋਂ ਕੀਤੀ ਗਈ ਆ, ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ। ਮੈਂ ਫਿਰ ਗੱਲ ਸਾਫ਼ ਕਰ ਦੇਵਾਂ, ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਬੇੜਾ ਕਰਨਾ। ਮਕਸਦ ਹੈਗਾ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ। ਮਕਸਦ ਹੈਗਾ C2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ। ਮਕਸਦ ਇਹ ਹੈਗਾ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ, ਬਿਜਲੀ ਬਿੱਲ ਜਿਹੜਾ ਨਿੱਜੀਕਰਨ ਦੀ ਨੀਤੀ ਉਹਨੂੰ ਵਾਪਸ ਲਓ, ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਉਹ ਬਾਹਰ ਕੱਢੋ ਖੇਤੀ ਨੂੰ, ਠੀਕ ਹੈ, ਨਰੇਗਾ 200 ਦਿਨ ਚਲਾਓ ਔਰ ਉਹਦੇ ਵਿੱਚ ਜਿਹੜਾ 700 ਰੁਪਇਆ ਦਿਹਾੜੀ ਦਿਓ, ਸੰਵਿਧਾਨ ਦੀ 5ਵੀਂ ਸੂਚੀ ਆਦਿਵਾਸੀਆਂ ਵਾਸਤੇ ਉਹ ਲਾਗੂ ਕਰੋ। ਇਹ ਮੰਗਾਂ ਸਾਡੇ ਲਈ ਕੀ ਨੇ? ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ, ਅਸੀਂ ਸਰਕਾਰ ਨਾਲ ਟਕਰਾਅ ਪੈਦਾ ਕਰਨ ਲਈ ਨਹੀਂ ਆਏ ਹੋਏ, ਵੀ ਬੈਰੀਕੇਡ ਤੋੜਨੇ ਸਾਡਾ ਅਣਖ ਦਾ ਸਵਾਲ ਆ। ਦੋ ਕੰਮ, ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ, ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਇੱਥੇ ਆ ਕੇ ਆਪਦੀ ਗੱਲ ਕਰ ਲਓ। ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਸਰਕਾਰ ਕਰ ਰਹੀ, ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ। ਜਿਹੜਾ ਕੱਲ੍ਹ ਅੱਜ ਮੈਂ ਅਨੁਰਾਗ ਠਾਕੁਰ ਜੀ ਦਾ ਬਿਆਨ ਦੇਖ ਰਿਹਾ ਵੀ ਉਨ੍ਹਾਂ ਮੰਗ ਕਹਿ ਰਹੇ ਵੀ ਉਹਨਾਂ ਦੇ ਮੰਗ ਪੱਤਰ ਵੱਧਦਾ ਜਾ ਰਿਹਾ, ਮੈਂ ਕੋਈ ਹਿੰਦੀ ਰਿਪੀਟ ਕਰ ਦੂੰ, ਉਹ ਠੀਕ ਨਹੀਂ ਹੈ। ਅਸੀਂ ਪਹਿਲੇ ਦਿਨੋਂ ਜਿਹੜਾ ਮੰਗ ਪੱਤਰ ਭੇਜਿਆ ਉਹੀ ਸਾਡਾ ਮੰਗ ਪੱਤਰ ਹੈਗਾ। ਹੁਣ ਇਹ ਕੇਂਦਰ ਸਰਕਾਰ ਤੈਅ ਕਰੂਗੀ ਵੀ ਕਿਹੜੀ ਮੰਗ ਅਸੀਂ ਲਿਖ ਕੇ ਘੱਲੀਏ ਅਤੇ ਕਿਹੜੀ ਨਾ ਘੱਲੀਏ। ਜਿਵੇਂ ਨੈਸ਼ਨਲ ਮੀਡੀਆ 'ਤੇ ਸਾਨੂੰ ਫਿਰ ਖਾਲਿਸਤਾਨ ਦਾ ਅਟੈਕ ਲਾਉਣ ਦਾ ਯਤਨ ਹੋ ਰਿਹਾ, ਇਹ ਠੀਕ ਨਹੀਂ ਹੈਗਾ ਦੇਸ਼ ਦੇ ਕਿਸਾਨ ਮਜ਼ਦੂਰ ਵਾਸਤੇ। 4 ਅਟੈਕ ਆ ਗਏ ਆ, ਪਹਿਲੋਂ ਤਾਂ ਕਹਿੰਦੇ ਜੀ ਇਹ ਪ੍ਰੋ ਲੈਫਟ ਹੋਣਗੇ, 1 ਅਟੈਕ ਹੈਗਾ, ਫਿਰ ਕਹਿੰਦੇ ਜੀ ਪ੍ਰੋ ਕਾਂਗਰਸ ਹੋਣਗੇ, 2 ਅਟੈਕ ਹੈਗਾ, ਫਿਰ ਕਹਿੰਦੇ ਜੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਹਮਾਇਤ ਕਰ ਰਹੀ ਹੈ, 3 ਆ ਗਿਆ ਫਿਰ ਖਾਲਿਸਤਾਨ। ਪਹਿਲੋਂ ਹੈ ਕੀ ਆ ਪਤਾ ਕਰ ਲਓ, ਹਰ ਵਾਰੀ ਸਟੈਂਡ ਚੇਂਜ ਕਰਦੇ ਜੇ, ਠੀਕ ਆ। ਤਾਂ ਇਹ ਠੀਕ ਨਹੀਂ ਹੈਗਾ, ਸਾਡੀ ਪਰਸੈਪਸ਼ਨ ਨੂੰ ਬਣਾਉਣਾ ਇਹ ਠੀਕ ਨਹੀਂ। ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੂੰਗਾ ਵੀ ਅਸੀਂ ਬਚਾਅ 'ਚ, ਅਸੀਂ ਲੋਕਾਂ ਨੂੰ ਕਿਹਾ ਹੈਗਾ ਵੀ ਅਸੀਂ ਬਚਾਅ ਦੇ ਵਿੱਚ ਚਾਹੁੰਦੇ ਹਾਂ ਵੀ ਬੋਰੀਆਂ ਜਿਹੜੀਆਂ ਵਾ ਜਿਹਦੇ ਨਾਲ ਹੰਝੂ ਗੈਸ ਨੂੰ ਰੋਕਿਆ ਜਾ ਕੇ ਘੱਟ ਘੱਟ ਸਾਡੇ 'ਤੇ ਵਰਤੋਂ ਹੋਵੇ, ਉਹਨੂੰ ਡੱਕਿਆ ਜਾ ਸਕੇ, ਕੋਈ ਪਾਣੀ ਲੈ ਕੇ ਆ ਜਾਓ, ਕੋਈ ਪੰਪ ਲੈ ਕੇ ਆ ਜਾਓ, ਜਦੋਂ ਗੋਲਾ ਸੁੱਟਣ ਸਾਡੇ 'ਤੇ ਅਸੀਂ ਉਹ ਗੋਲਾ ਠੰਡਾ ਕਰ ਸਕੀਏ। ਤਾਂ ਦੂਜਾ ਸਾਡਾ ਪੱਕਾ ਵਾ ਵੀ ਵਿਖਾਇਆ ਤਾਂ ਇਹ ਜਾ ਰਿਹਾ ਮੀਡੀਆ ਵੱਲੋਂ ਵੀ ਪੈਰਲਲ ਪੱਥਰ ਮਾਰੇ ਜਾ ਰਹੇ, ਠੀਕ ਆ, ਇਹ ਠੀਕ ਨਹੀਂ ਹੈਗਾ, ਕੋਈ ਇੱਕ ਅੱਧੀ ਘਟਨਾ ਵਾਪਰ ਸਕਦੀ ਆ। ਤਾਂ ਅਸੀਂ ਅੱਜ ਵੀ ਕਹਿੰਦੇ ਹਾਂ ਵੀ ਸਾਡਾ ਅੰਦੋਲਨ ਪੀਸਫੁਲੀ ਆ, ਪੁਰਅਮਨ ਆ, ਅਸੀਂ ਸਮਝਦੇ ਹਾਂ ਵੀ ਜੇ ਸਾਡਾ ਅੰਦੋਲਨ ਪੁਰਅਮਨ ਅਤੇ ਪੀਸਫੁਲ ਰਿਹਾ ਤਾਂ ਸਾਨੂੰ ਜਿੱਤਣੋਂ ਕੋਈ ਵੀ ਹਰਾ ਨਹੀਂ ਸਕਦਾ ਹੈਗਾ, ਅਸੀਂ ਜਿੱਤਾਂਗੇ। ਅਤੇ ਸਾਡਾ ਨੌਜਵਾਨ ਸਿਆਣਾ ਵਾ, ਸਮਝਦਾਰ ਆ, ਕੇਂਦਰ ਸਾਨੂੰ ਪਹਿਲੋਂ ਬਦਨਾਮ ਕਰਨ ਲਈ ਤਿਆਰ ਹੈਗੀ ਆ ਔਰ ਉਹ ਸਾਡੀ ਨੈਗੇਟਿਵ ਘਟਨਾ ਇੱਕ ਅੱਧੀ ਨੂੰ ਚੜ੍ਹਾ ਕੇ ਵੱਧ ਤੋਂ ਵੱਧ ਪੇਸ਼ ਕਰੂਗੀ, ਜਿਹੜਾ ਕੁਝ ਉਹ ਕਰ ਰਹੇ ਆ ਉਹਨੂੰ ਡੀਰੇਲ ਕੀਤਾ ਜਾਊਗਾ। ਇਸ ਕਰਕੇ ਅਸੀਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਟਕਰਾਅ ਨਹੀਂ ਕਰਨਾ ਹੈਗਾ, ਅਸੀਂ ਮੰਗਾਂ ਮਨਵਾਉਣੀਆਂ ਹੈਗੀਆਂ। ਤਾਂ ਅੱਜ ਦੀ ਅਪਡੇਟ ਇਹ ਸੀ, ਤੁਸੀਂ ਇਕੱਲੇ ਇਕੱਲੇ ਨੂੰ ਪੁੱਛਦੇ ਜੋ ਫਿਰ ਮਜਬੂਰੀ ਹੁੰਦੀ ਆ, ਤੁਹਾਡੇ ਨਾਲ ਗੱਲ ਕਰਨ ਨੂੰ ਜੀ ਬਹੁਤ ਕਰਦਾ, ਫਿਰ ਹੁੰਦਾ ਵੀ 4-4 ਘੰਟੇ ਹੀ ਸੌਂਦੇ ਆ, ਤੋਂ ਵੱਧ ਸੁੱਤਾ ਨਹੀਂ ਜਾਂਦਾ ਹੈਗਾ, ਤਾਂ ਫਿਰ ਇੰਨਾ ਕਈ ਵਾਰੀ ਨਹੀਂ ਬੋਲਿਆ ਜਾਂਦਾ, ਫਿਰ ਇਕੱਠੀ PC ਕਰ ਲਈ ਆ। ਤਾਂ ਮੈਂ ਹਿੰਦੀ 'ਚ ਇੱਕ ਵਾਰੀ ਰਿਪੀਟ ਕਰਦਿਆਂ ਵੀ ਜੋ KMM ਕਿਸਾਨ ਮਜ਼ਦੂਰ ਮੋਰਚਾ ਹੈ ਔਰ
एसकेएम गैर राजनीतिक है, उनका ये आंदोलन है। और जिस तरह से आपने देखा है कि जिस तरह से केंद्र की सरकार हमारे ऊपर जबर कर रही है, ये बुलेट एसएलआर की बुलेट चलाई गई हमारे ऊपर, इस तरह से हंजू गैस जो हमारे ऊपर नहीं चलाना चाहिए, ये प्लास्टिक की गोलियां उन्होंने इस्तेमाल की और ये रबड़ की गोलियां ये हमारे ऊपर हो रहा। और जिस तरह से हमारी परसेप्शन बनाई जा रही मीडिया में, खालिस्तान का अटैक लगाया जा रहा, प्रो लेफ्ट बोला जा रहा है, प्रो कांग्रेस बोला जा रहा है और प्रो पंजाब सरकार बोला जा रहा है, भी ये उत्साहित कर रहे हैं, ऐसी कोई बात नहीं। हम जब जब हम तो ये कहते हैं भी जो देश में नीतियां लागू हैं कांग्रेस लेके आने वाली है। और सीपीआई सीपीएम का राज पश्चिमी बंगाल में 35 साल रहा, उनका और अन्य राज्यों का हमको अधिक फर्क नहीं समझते हैं। तो हम जैसे हम सब सरकारों की आलोचना करते हैं, आम आदमी भगवंत मान सरकार की भी वैसी आलोचना करते हैं। हमसे किसी का कोई लेना देना नहीं, हम देश के किसान हैं, खेत मजदूर हैं और अपनी मांगों के लिए संघर्ष करते हैं। तो माननीय प्रधानमंत्री से अपील करते हैं, फिर मैं तो रोज अपील कर रहा हूं कि आपका बोलते हृदय बड़ा है, बड़ा हृदय कीजिए और हमें एमएसपी खरीद की गारंटी का कानून बना के दीजिए। जिस तरह से अनुराग ठाकुर जी बोल रहे हैं कि इनका मांग पत्र चार्ट बड़ा होता जा रहा, ये बात नहीं है। हमने पहले दिन से वही मांग पत्र रखा, उसी पे काम कर रहे हैं। जैसे बोला जा रहा है कि अगर एमएसपी खरीद की गारंटी का कानून बनाना है तो उसके लिए कमेटी आवश्यक है, तो हम बताना चाहेंगे आपको, कल भी बताया था कि जो सीएसीपी की रिपोर्ट के अनुसार देश के 23 फसलों के ऊपर सरकार पूरी तरह कैलकुलेट कर एमएसपी 23 फसलों का ऐलान करती है। तो हमने मंत्री महोदय के समक्ष ये बात रखी कि आप बताइए आप ये अनाउंसमेंट कैलकुलेशन से कर रहे हैं, बोले हाँ। तो हमने बोला इसके ऊपर लीगल गारंटी कानून बना दीजिए, हमें तो सिक्योरिटी चाहिए भी जो एमएसपी का ऐलान आपने किया वो कम रेट पर मंडी में ना बिके। तो अब वो कमेटी बना के हमारा मसला ठंडे बस्ते में डालना चाहते हैं। एक मैं और बात बोल दूं तो छोड़ गए, यहां से भी किसानों को अर्धसैनिक फोर्सों ने, पुलिस ने उठाया है, वो अंबाला के थाने में है, ये रिपोर्ट आ गई हमारी। और खनौरी बॉर्डर से भी किसानों को उठाया गया, वो हरियाणा की अभी जेल में है। तो एग्जैक्ट गिनती तो नहीं मुझे मालूम, पर 15 इधर 15 बुलारा साहब को ज्यादा पता, ये 15 होंगे इधर, उधर की गिनती अभी ले रहे हैं जो इनके थानों में है। फिर भी हम नहीं कहते भी वार्ता नहीं करेंगे, पर हम अनुरोध करते सरकार से पहले ये सब बंद कीजिए, आम माहौल कीजिए। हम वार्ता के लिए कल भी तैयार थे, आज भी तैयार है। अब जू ही डल्लेवाल साहब आएंगे, कोई जो अंदर बात करनी है उनसे बात करके आगे की बात हमको आपको बताएंगे। दिल्ली कूच करने की फैसला लिया, वो थोड़ा स्पष्ट कर दो कि इतनी बात बदोगे तुसी या दिल्ली कूच है जी, उस कोई रुकावट नहीं गी, ठीक है। डल्लेवाल साहब आ रहे ने कि विचार चर्चा करनी, दोवां फार्मा की सारी रिपोर्ट कलैक्शन हो गई, उदो बाद थोड़ा फैसला हो जाएगा। बुलारा जी को हरियाणा तो कहना चाहते साहब, देखो इतने एसएसपी पटियाला ने सरकार की सारी इंटेलीजेंसी आ, पंजाब दे घेरे दे विच इन्हां दोवां खनौरी पूरा पता, कोई कैजुअलिटी नहीं हुई हैगी, इह सगों नैशनल मीडिया ते जोर ला के लोकां नूं डराउण दी गल हैगी आ। असीं कहिंदे आ मालक वाहिगुरू मेहर करे, किसी की कोई कैजुअलिटी होवे ना, सारे सानू प्यारे, असीं तां इस भेड़ च ही नहीं पैना चाहुंदे हैगे, असीं तां चाहुंदे सरकार साडियां मंगां मन्ने जां सानू दिल्ली जाण दा राह दे,
ਆਪਾਂ ਸਰਕਾਰ ਕੋਲ ਮੰਗਾ ਮਨਾਉਣਾ ਚਾਹੁੰਦੇ ਨਾ ਕਿ ਸਰਕਾਰ ਨਾਲ ਟਕਰਾ ਚਾਹੁੰਦੇ ਆ। ਪੰਜਾਬ ਸਾਹਿਬ ਬਰਨਾਮ ਚੜੂਨੀ ਹੁਣੀ ਇਹ ਗੱਲ ਕਹਿ ਰਹੇ ਕਹਿੰਦੇ ਕਿ ਦੱਸਿਆ ਨਹੀਂ ਗਿਆ ਸਾਡੇ ਨਾਲ ਗੱਲਬਾਤ ਨਹੀਂ ਹੋਈ, ਕਹਿੰਦੇ ਨੇ ਅਸੀਂ ਵੀ ਆਉਣ ਨੂੰ ਤਿਆਰ ਸੀ। ਦੇਖੋ ਮੈਂ ਬਾਈ ਨੇਮ ਗੱਲਾਂ ਨਹੀਂ ਕਰਦਾ ਹੁੰਦਾ, ਸਵਾਲ ਇਹ ਨਹੀਂ ਹੈ। ਪਿਛਲੀ ਮੀਟਿੰਗ 'ਚ ਕਿਹਾ, ਸਵਾਲ ਇੰਨੇ ਕਿਹਾ ਵੀ ਇਸ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਬਣਨੀ ਚਾਹੀਦੀ ਆ ਕਿ ਨਹੀਂ ਬਣਨੀ ਚਾਹੀਦੀ, ਇੱਕ। ਇਹਦੋਂ ਇਲਾਵਾ ਵੀ ਮਸਲੇ ਦਾ ਹੱਲ ਸੰਘਰਸ਼ ਆ ਜਾਂ ਵੋਟਾਂ ਵਾ, ਇੱਥੇ ਰੌਲਾ ਹੋਰ ਕੋਈ ਰੌਲਾ ਨਹੀਂ ਕਿਸੇ ਨਾਲ ਹੈਗਾ, ਠੀਕ ਹੈ ਜੀ। ਤੋ ਜਦੋਂ ਉਹ ਰੌਲਾ ਸਾਡੀ ਜਥੇਬੰਦੀ ਫੋਰਮ ਦਾ, ਦੋਵਾਂ ਫੋਰਮਾਂ ਦਾ ਇੱਕ ਜਾਪਦਾ ਵਾ, ਕੋਈ ਲੀਡਰ ਉਹ ਜਾਪਦੇ ਨੂੰ ਮੰਨੂਗਾ ਸਾਡੇ ਵੱਲੋਂ ਵੈਲਕਮ। ਨਾ ਡਲਿਆਲ ਸਾਹਿਬ ਆਉਣਗੇ, ਡਲਿਆਲ ਸਾਹਿਬ ਆ ਰਹੇ ਆ, ਆ ਰਹੇ ਨੇ। ਦਿੱਲੀ ਜਾਣ ਦਾ, ਕੂਚ ਕਰਨ ਦਾ ਨਾ ਦੇ ਪ੍ਰੋਗਰਾਮ ਰੱਦ ਆ ਨਾ ਲੈਣਾ, ਆ ਗਏ ਨੇ ਉਹ। ਤੁਹਾਡੀ ਗੱਲ ਬਿਲਕੁਲ ਸਹੀ ਆ, ਇਸੇ ਕਰਕੇ ਦੋਵੇਂ ਫੋਰਮ ਉਹ ਦੋਵਾਂ ਪਾਸਿਓਂ ਵਾਲੀ ਨੀਤੀ ਤੇ ਵਿਚਾਰ ਕਰ ਲਈ, ਅੱਡੋ ਅੱਡ ਮੀਟਿੰਗਾਂ ਲਾ ਰਹੇ ਨੇ, ਅਗਲੀ ਪ੍ਰਕਿਰਿਆ ਸ਼ੁਰੂ ਕਰ ਰਹੇ ਨੇ। ਨੀ ਹੈਗਾ, ਆਪਾਂ ਕੱਲ ਇਹ ਤਾਂ ਕਿਹਾ ਹੀ ਨੀ ਸੀਗਾ ਵੀ ਪੱਕੀ ਰੋਕ ਹੈਗੀ ਆ, ਠੀਕ ਆ। ਆਪਣਾ ਸਮਾਂ ਸੀਗਾ 10-11 ਵਜੇ ਦਾ, ਲਗਭਗ ਹੋ ਗਿਆ ਉਹ। ਦੂਸਰੀ ਗੱਲ ਹੈਗੀ ਆ, ਇਹ ਤੋਂ ਇਲਾਵਾ ਵੀ ਕੋਈ ਗੱਲ ਕਰਨੀ ਹੈਗੀ ਆ, ਤੋ ਡਲੇਵਾਲ ਸਾਹਿਬ ਆ ਰਹੇ ਨੇ, ਦੋਵੇਂ ਫੋਰਮਾਂ ਦੀ ਬਣਾ ਕੇ ਸਪੀਕਰ ਲੱਗ ਚੱਲੇ ਨੇ, ਲੋਕਾਂ ਨਾਲ ਆਮ ਸਹਿਮਤੀ ਬਣਾ ਕੇ ਹੀ ਸਾਰੇ ਫੈਸਲੇ ਕੀਤੇ ਜਾ ਰਹੇ। ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ, ਕੋਈ ਆਫਰ ਆਇਆ ਤੁਹਾਨੂੰ ਕੋਈ ਕੋਆਰਡੀਨੇਸ਼ਨ ਦੇ ਲਈ? ਕੋਈ ਕਿਹਾ ਜਾ ਰਿਹਾ ਵੀ ਕੇਂਦਰ ਸਰਕਾਰ ਸੱਦਾ ਦੇ ਰਹੀ ਆ ਤੇ ਅਸੀਂ ਉਹ ਸੱਦੇ ਤੇ ਵੀ ਵਿਚਾਰ ਕਰਾਂਗੇ।